ਜਦੋਂ ਬਾਣੀ ਦਾ ਉਤਾਰਾ ਕਰ ਰਹੇ ਸਨ ਕਿ ਉਦੋਂ ਸਤਿਗੁਰਾਂ ਦੇ ਕੋਲ ਚਾਰ ਭਗਤ ਆਏ ਚਾਰੇ ਭਗਤਾਂ ਵਿੱਚੋਂ ਕਾਨਾ ਪੀਲੂ ਛੱਜੂ ਸ਼ਾਹ ਉਸਨ ਇਹ ਚਾਰੇ ਦੇ ਚਾਰੇ ਲਾਹੌਰ ਦੇ ਰਹਿਣ ਵਾਲੇ ਨੇ ਇਹ ਗੁਰਦੇਵ ਦੇ ਚਰਨਾਂ ਵਿੱਚ ਆਏ ਤੇ ਆਕੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੂੰ ਬਚਨ ਕਰਨ ਲੱਗੇ ਵੀ ਸਤਿਗੁਰ ਜੀ ਅਸੀਂ ਐਡੇ ਵੱਡੇ ਭਗਤ ਸਾਡੀ ਤੁਹਾਨੂੰ ਸੂਈ ਨਹੀਂ ਮਿਲੀ ਹਜ਼ੂਰ ਹੱਸ ਕੇ ਕਹਿਣ ਲੱਗੇ ਵੀ ਕੋਈ ਗੱਲ ਨਹੀਂ ਤੁਸੀਂ ਅੱਜ ਆ ਗਏ ਹੋ ਅੱਜ ਆ ਗਏ ਹੋ ਕਹਿਣ ਲੱਗੇ ਸਾਨੂੰ ਪਤਾ ਲੱਗਿਆ ਤੁਸੀਂ ਬਿਨਾਂ ਕਿਸੇ ਵਿਤਕਰੇ ਤੋਂ ਬਿਨਾਂ ਕਿਸੇ ਜਾਤ ਬਰਾਦਰੀ ਤੋਂ ਬਿਨਾਂ ਕਿਸੇ ਊਚ ਨੀਚ ਤੋਂ ਬਿਨਾਂ ਕਿਸੇ ਗਰੀਬ ਅਮੀਰੀ ਤੋਂ ਬਿਨਾਂ ਕਿਸੇ ਉਮਰ ਦੇ ਤਕਾਲਜੇ ਤੋਂ ਬਿਨਾਂ ਕਿਸੇ ਧਰਮਾਂ ਦੇ ਤਕਾਲਜੇ ਤੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਬਾਣੀ ਵਿੱਚ ਬਚਨ ਦਰਜ ਕਰ ਰਹੇ ਹੋ ਤੇ ਅਸੀਂ ਵੀ ਬਚਨ ਲੈ ਕੇ ਆਏ ਆਂ ਸਾਡੇ ਵੀ ਬਚਨ ਵਿੱਚ ਅੰਕਿਤ ਕਰੋ ਹਜ਼ੂਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਚਨ ਆਖੇ ਵੀ ਦੇਖੋ ਜਿਹੜੇ ਪਹਿਲੇ ਬਚਨ ਨੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਪਰਖਿਆ ਹੋਇਆ ਐ ਇਹ ਉਹਨਾਂ ਨੇ ਬਹੁਤੀ ਬਣੀ ਇਕੱਠੀ ਕੀਤੀ ਹੋਈ ਐ ਤੇ ਜਿਹੜੇ ਬਾਕੀ ਬਾਅਦ ਵਿੱਚ ਭਗਤਾਂ ਦੇ ਬੋਲ ਮਿਲਦੇ ਰਹੇ ਤੇ ਉਹ ਵੀ ਵਿਖੇ ਪਰਖੇ ਹੋਏ ਨਹੀਂ ਪਰ ਤੁਸੀਂ ਅੱਜ ਲੈ ਕੇ ਆਏ ਹੋ ਤੇ ਇਹਨਾਂ ਦੀ ਪਹਿਲਾਂ ਪਰਖ ਹੋਏਗੀ ਉਸ ਤੋਂ ਬਿਨਾਂ ਨਹੀਂ ਪਹਿਲਾਂ ਪਰਖ ਹੋਏਗੀ ਅਗਰ ਪਰਖ ਵਿੱਚ ਪੂਰੇ ਉੱਤਰੇ ਤੇ ਕੋਈ ਰੋਕ ਨਹੀਂ ਸਕਦਾ ਵੀ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਾ ਕੀਤਾ ਜਾਵੇ हां ਇਹ ਗੱਲ ਵੀ ਸਪਸ਼ਟ ਕਹਿੰਦੇ ਆਂ ਕਿ ਜੇ ਕਿਤੇ ਇਹਨਾਂ ਵਿੱਚੋਂ ਉਹ ਪਰਖ ਵਿੱਚ ਪੂਰੇ ਨਾ ਉਤਰੇ ਤੇ ਫਿਰ ਮਾਫ਼ ਕਰਨਾ ਤੁਹਾਨੂੰ ਕੋਈ ਹੱਕ ਨਹੀਂ ਹੋਵੇਗਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ 'ਚ ਆਪਣੀ ਬਾਣੀ ਦਾ ਜ਼ਿਕਰ ਕਰਵਾ ਸਕੋ। ਉਹਨਾਂ ਆਖਿਆ ਕੋਈ ਇਤਰਾਜ਼ ਨਹੀਂ। ਇੱਕ ਇਵੇਂ ਤਖਤਾ ਬੜਾ ਵਧੀਆ ਉੱਥੇ ਹਸਣ ਲਾਇਆ ਗਿਆ ਤੇ ਆਸਣ ਲਾ ਕੇ ਚਾਰੇ ਬੰਦੇ ਆਪੋ ਆਪਣੀ ਪੋਥੀ ਪ੍ਰਕਾਸ਼ ਕਰਕੇ ਬੈਠ ਗਏ। ਸਿੱਖ ਸੰਗਤਾਂ ਭਾਈ ਗੁਰਦਾਸ ਜੀ ਤੇ ਧੰਨ ਗੁਰੂ ਅਰਜਨ ਪਤਾ ਜੀ ਮਹਾਰਾਜ ਆਪ ਨੀਮੀ ਥਾਂ ਦੇ ਉੱਤੇ ਸੰਗਤਾਂ ਦੇ ਬਰਾਬਰ ਬੈਠ ਗਏ ਤੇ ਉਹਨਾਂ ਚਾਰਾਂ ਨੂੰ ਉੱਚੀ ਥਾਂ ਦੇ ਉੱਤੇ ਬਿਠਾਇਆ ਵਿੱਚ ਅਸੀਂ ਬਾਣੀ ਦੀਆਂ ਗੱਲਾਂ ਕਰਨੀਆਂ ਨੇ ਰੱਬ ਦੇ ਬੋਲਾਂ ਦੀਆਂ ਬਾਤਾਂ ਪਾਉਣੀਆਂ ਨੇ ਤੁਸੀਂ ਉੱਚੀ ਥਾਂ ਤੇ ਬੈਠੋ ਸਭ ਤੋਂ ਪਹਿਲੇ ਨੰਬਰ ਤੇ ਬੈਠਿਆ ਭਗਤ ਕੰਨਾ ਫਿਰ ਦੂਜੇ ਨੰਬਰ ਤੇ ਬੈਠਿਆ ਪੀਲੂ ਫਿਰ ਤੀਜੇ ਨੰਬਰ ਤੇ ਬੈਠਿਆ ਛੱਜੂ ਚੌਥੇ ਨੰਬਰ ਤੇ ਬੈਠਿਆ ਸ਼ਾਹ ਹੁਸੈਨ ਚਾਰਾਂ ਨੇ ਆਪਣੀਆਂ ਆਪਣੀਆਂ ਪੋਥੀਆਂ ਪ੍ਰਕਾਸ਼ਿਤ ਕੀਤੀਆਂ ਹਜ਼ੂਰ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਵੀ ਤੁਸੀਂ ਆਪਣੇ ਬੋਲ ਸੁਣਾਓ ਹੁਣ ਕਾਨ੍ਹੇ ਨੇ ਆਪਣੇ ਬੋਲ ਸੁਣਾਏ ਜਿਹੜੇ ਕਾਨ੍ਹੇ ਨੇ ਬੋਲ ਸੁਣਾਏ ਉਹ ਉਹਨੇ ਆਪਣੇ ਬਦਲ ਤੋਂ ਸਾਰੇ ਨੂੰ ਚੰਗਾ ਕੱਢ ਕੇ ਉਹਨੇ ਸੁਣਾਇਆ ਤੇ ਉਹਨੇ ਬੋਲ ਸੁਣਾਇਆ ਕਾਨ੍ਹੇ ਨੇ 오ਹੀ ਰੇ ਮੈਂ 오ਹੀ ਰੇ ਨਾਰਦ ਸਰਦ ਜੰਕੋ ਸੇਵੇ ਸਭ ਸੇਵੇ ਦੇਵੀ ਦੇਵਾਰੇ ਬ੍ਰਹਮਾ ਵਿਸ਼ਨ ਮਹੇਸ਼ ਅਰਧਾ ਸਭ ਕਰਦੇ ਜੰਕੀ ਸੇਵਾਰੇ ਜਦੋਂ ਇਹ ਸ਼ਬਦ ਉਹਨੇ ਪੂਰੇ ਆਪਣਾ ਸੁਣਾਇਆ ਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ ਵੀ ਕਾਨਾ ਜੀ ਮੈਨੂੰ ਮਾਫ਼ ਕਰਨਾ ਤੁਹਾਡੇ ਬੋਲ ਅਸੀਂ ਅੰਕਤ ਨਹੀਂ ਕਰ ਸਕਦੇ ਉਹਨਾਂ ਪੁੱਛਿਆ ਕਿਉਂ ਇਹਨਾਂ ਬੋਲਾਂ 'ਚ ਕੀ ਕਮੀ ਹੈ ਹਜ਼ੂਰ ਕਹਿਣ ਲੱਗੇ ਤੁਸੀਂ ਤਾਂ ਆਪਣੀ ਪਹਿਚਾਣ ਕਰਾਉਣ ਲੱਗ ਪਏ ਉਹ ਵੀ ਮੈਂ ਕੌਣ ਐ ਧਰਮ ਤੇ ਅਸਲ ਵਿੱਚ ਰੱਬ ਦੀ ਪਹਿਚਾਣ ਕਰਾਉਣ ਵਾਸਤੇ ਹੁੰਦਾ ਇੱਥੇ ਤਾਂ ਉਹਨਾਂ ਦੇ ਬੋਲ ਦਰਜ ਨੇ ਜਿਹੜੇ ਰੱਬ ਦੇ ਸੋਹੜੇ ਗਾਉਂਦੇ ਨੇ ਤੁਸੀਂ ਤਾਂ ਆਪਣੇ ਗਾ ਰਹੇ ਹੋ ਇਸ ਲਈ ਇਹ ਬਾਣੀ ਅੰਕਤ ਨਹੀਂ ਹੋ ਸਕਦੀ ਇੱਥੇ ਉਹਨਾਂ ਦੇ ਬੋਲ ਦਰਜ ਨੇ ਤੁਸੀਂ ਤੇ ਸ਼ੁਰੂਆਤ ਇੱਥੋਂ ਕੀਤੀ ਐ ਮੈਂ ਉਹੀ ਰੇ ਮੈਂ ਉਹੀ ਰੇ ਪਰ ਅਸੀਂ ਤੇ ਸ਼ੁਰੂਆਤ ਉੱਥੋਂ ਕਰਨਾ ਚਾਹੁੰਦੇ ਆਂ ਜਿਹੜੇ ਕਹਿੰਦੇ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਤਤ ਜਲ ਕੇਵਲ ਜਲ ਮਹੀਂ ਅਸੀਂ ਤੇ ਬਾਣੀ ਉਹਨਾਂ ਦੀ ਅੰਕਿਤ ਕਰ ਰਹੇ ਆਂ ਜਿਹੜੇ ਕਹਿੰਦੇ ਕਬੀਰ ਮੇਰਾ ਮੁਝ ਮੇਂ ਕੁਛ ਨਹੀਂ ਜੋਖ ਸ਼ਹਿਦ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਅਸੀਂ ਤੇ ਬਾਣੀ ਉਹਨਾਂ ਦੀ ਅੰਕਿਤ ਕਰਨ ਲੱਗੇ ਆ ਜਿਹੜੇ ਕਹਿੰਦੇ ਇਸ ਜ਼ਿੰਦਗੀ ਦੇ ਅੰਦਰ ਇਹ ਪਰਨ ਕਰਦੇ ਨੇ ਇਹ ਵਿਚਾਰਦੇ ਨੇ ਉਹਨਾਂ ਦੇ ਅੰਦਰ ਮੈਂ ਨਾਹੀਂ ਕਛਾਉ ਨਾਹੀਂ ਕੁਛ ਆਗੇ ਨਾ ਮੋਰਾ ਅੌਸਰ ਲੱਜਾ ਰੱਖ ਲੋ ਸਦਨਾ ਜਨ ਤੋਰਾ ਇੱਥੇ ਗੱਲ ਰੱਬ ਦੀ ਕਰਨ ਵਾਲਿਆਂ ਦੀ ਗੱਲ ਹੈ ਇੱਥੇ ਹੰਕਾਰ ਦੀ ਗੱਲ ਕਰਨ ਵਾਲਿਆਂ ਦੀ ਨਹੀਂ ਤੁਹਾਡੇ ਬੋਲ ਅੰਕਿਤ ਨਹੀਂ ਹੋ ਸਕਦੇ ਜਦੋਂ ਬਚਨ ਕਹੇ ਤਾਂ ਯਾਦ ਰੱਖਿਓ ਆਉਣ ਵਾਲੇ ਦਿਨਾਂ 'ਚ ਵੀ ਸਾਂਝਾ ਕਰਾਂਗਾ ਚੰਦੂ ਜਿਹੜਾ ਨਾ ਉਹ ਕਲਾ ਨੌਰ ਦਾ ਗੁਰਦਾਸਪੁਰ ਦੇ ਲਾਗੇ ਦਾ ਰਹਿਣ ਵਾਲਾ ਹੈ ਤੇ ਚੰਦੂ ਦੇ ਚਾਚੇ ਦਾ ਪੁੱਤ ਹੈ ਚੰਦੂ ਦਾ ਚਾਚਾ ਹੈ ਤੇ ਉਹਦਾ ਅੱਗੇ ਪੁੱਤ ਹੈ ਭਗਤ ਕਾਨਾ ਤੇ ਉਹਦਾ ਪੁੱਤ ਹੈ ਉਹ ਭਰਾ ਹੋਗੇ ਚਾਚੇ ਤਾਈ ਦੇ ਪੁੱਤ ਹੋਗੇ ਜਦੋਂ ਉਹਨੇ ਇਹ ਗੱਲ ਕਹੀ ਕਾਨੇ ਨੂੰ ਕੰਨੇ ਨੇ ਸੁਣੀ ਗੱਲ ਆਪਣੇ ਕੰਨਾਂ ਲਵੀ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਮੈਨੂੰ ਜਵਾਬ ਦਿੱਤਾ ਤਾਂ ਕੰਨਾ ਕਹਿਣ ਲੱਗਿਆ ਭਈ ਤੁਹਾਨੂੰ ਪਤਾ ਨਹੀਂ ਮੈਂ ਤੁਹਾਨੂੰ ਕਿਹੋ ਜੀ ਬੁਰੀ ਮੌਤ ਮਰਵਾ ਸਕਣਾ ਮੇਰੀ ਕਿੱਡੀ ਦੂਰ ਤੱਕ ਸਰਕਾਰੀ ਦਰਬਾਰੇ ਪਹੁੰਚ ਹੈ ਤੇ ਮੇਰੇ ਬੋਲ ਤੁਹਾਨੂੰ ਅੰਕਿਤ ਕਰਨੇ ਪੈਣਗੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਹੱਸ ਕੇ ਕਹਿਣ ਲੱਗੇ ਭਗਤ ਜੀ ਤੁਸੀਂ ਤਾਂ ਭਗਤ ਕਹੋਂਦੇ ਤੁਸੀਂ ਤਾਂ ਲੋਕਾਂ ਦੀ ਮੌਤ ਆਪਣੇ ਹੱਥ ਚੁੱਕੀ ਫਿਰਦੇ ਹੋ ਤੇ ਤੁਹਾਨੂੰ ਤੇ ਭਗਤ ਹੋਣ ਦਾ ਪਹਿਲਾ ਪਤਾ ਹੀ ਨਹੀਂ ਭਗਤ ਦੀ ਪਹਿਲੀ ਨਿਸ਼ਾਨੀ ਹੈ ਉਹਨੂੰ ਵਿਸ਼ਵਾਸ ਹੁੰਦਾ ਵੀ ਮਾਰਨ ਰੱਖਣ ਵਾਲਾ ਇੱਕ ਪਰਮੇਸ਼ਰ ਹੈ ਮੈਂ ਭਗਤ ਜੀ ਤੁਹਾਨੂੰ ਇੱਕ ਬੇਨਤੀ ਕਰਨਾ ਹੈ ਵੀ ਤੁਸੀਂ ਮੇਰੀ ਮੌਤ ਦਾ ਖਿਆਲ ਛੱਡੋ ਜੇ ਤੁਸੀਂ ਇਸ ਕੱਲ ਦੇ ਹਮੀਆਂ ਤੁਸੀਂ ਮੌਤ ਦੇ ਏਡੇ ਵੱਡੇ ਵਪਾਰੀ ਹੋ ਤਾਂ ਜਦੋਂ ਮੌਤ ਤੁਹਾਨੂੰ ਆਵੇ ਤੁਸੀਂ ਆਪਣੀ ਮੌਤ ਆਪ ਖਰੀਦ ਲਿਓ ਮੇਰੀ ਮੌਤ ਦਾ ਖਿਆਲ ਛੱਡਿਓ ਯਕੀਨ ਕਰਕੇ ਜਾਣਿਓ ਜਦੋਂ ਕਾਨਾ ਵਾਪਸ ਗਿਆ ਸੀ ਨਾ ਕੁਝ ਲੋਕਾਂ ਦੀ ਵਿਚਾਰ ਹੈ ਵੀ ਉਹਦਾ ਪੈਰ ਇੱਕ ਉਸ ਰਕਾਬ ਵਿੱਚ ਫਸਿਆ ਰਹਿ ਗਿਆ ਸੀ ਤੇਉ ਘੋੜੇ ਦੇ ਨਾਲ ਵੱਜ ਵੱਜ ਕੇ ਬੁਰੀ ਮੋਤੇ ਅੰਗ ਅੰਗ ਖਿਲਰ ਕੇ ਮਰਿਆ ਸੀ ਕੁਝ ਇੱਕ ਵਿਦਵਾਨਾਂ ਦੀ ਰਹਿ ਐ ਭਈ ਜਿਹੜੇ ਰੱਥ ਵਿੱਚ ਬੈਠ ਕੇ ਆਇਆ ਸੀ ਉਹ ਉਹ ਰੱਥ ਵਿੱਚੋਂ ਬੁੜਕ ਕੇ ਬਾਹਰ ਡਿੱਗ ਪਿਆ ਤੇ ਪਈਏ ਵਿੱਚ ਫਸ ਕੇ ਉਦੋਂ ਵੀ ਰੋੜ ਰੋੜ ਕੇ ਮਰਿਆ ਸੀ ਜਾਂਦਾ ਹੋਇਆ ਗੀ ਮਰ ਗਿਆ ਸੀ ਉਹ ਵਾਪਸ ਲਾਹੌਰ ਨਹੀਂ ਸੀ ਪਹੁੰਚਿਆ ਦੂਜੀ ਵਾਰੀ ਆਈ ਪੀਲੂ ਦੀ ਪੀਲੂ ਨੂੰ ਕਿਹਾ ਵੀ ਤੁਸੀਂ ਬੋਲ ਸੁਣਾਓ ਤੇ ਪਿੱਲੂ ਨੇ ਆਪਣੀ ਪੋਥੀ ਪ੍ਰਕਾਸ਼ ਕੀਤੀ ਤੇ ਉਹਨੇ ਵਿੱਚੋਂ ਨੇ ਬੋਲ ਪੜ੍ਹ ਕੇ ਸੁਣਾਇਆ ਪਿੱਲੂ ਅਸਾਂ ਨਾਲੋਂ ਸੇ ਭਲੇ ਜੋ ਜੰਮ ਦੀ ਆਈ ਮੂਹੇ ਚਿੱਕੜ ਪੈਰ ਨਾ ਡੋਬਿਓ ਨਾ ਅਧੂਦ ਪਈ ਸਾਡੇ ਨਾਲੋਂ ਤਾਂ ਉਹ ਚੰਗੇ ਨੇ ਜਿਹੜੇ ਆਉਂਦੇ ਹੀ ਦੁਨੀਆਂ ਵਿੱਚ ਮਰ ਗਏ ਇੱਕ ਦੋ ਸੁਆਸ ਲੈ ਨਾ ਉਹ ਦੁਨੀਆਂ ਦੀ ਮੋਹ ਮਮਤਾ ਵਿੱਚ ਫਸੇ ਤੇ ਨਾ ਉਹਨਾਂ ਨੇ ਆਪਣੇ ਆਪ ਨੂੰ ਦਾਗੀ ਕੀਤਾ ਇਹ ਬਚਨ ਉਹਨਾਂ ਨੇ ਕਹੇ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਵੀ ਮੈਨੂੰ ਹੈਰਾਨਗੀ ਹੈ ਕਹੋਂਦੇ ਤੁਸੀਂ ਭਗਤੋ ਤੁਸੀਂ ਰੱਬ ਉਤੇ ਹੀ ਟਿੱਪਣੀਆਂ ਕਰੀ ਜਾਂਦੇ ਹੋ ਤੁਸੀਂ ਤਾਂ ਰੱਬ ਉਤੇ ਹੀ ਟਿੱਪਣੀਆਂ ਕਰੀ ਜਾਂਦੇ ਰੱਬ ਦੀ ਇਹ ਅੰਮ੍ਰਿਤ ਬਾਣੀ ਨਹੀਂ ਹੈ ਤੇ ਰੱਬ ਦੀ ਨੁਕਤਾ ਚੀਨੀ ਹੈ ਜੇ ਆਉਂਦਿਆਂ ਹੀ ਮਰ ਜਾਂਦੇ ਜੇ ਤੇਰੇ ਮਾਤਾ ਪਿਤਾ ਦੁਨੀਆਂ ਵਿੱਚ ਆਉਂਦਿਆਂ ਹੀ ਚੜਾਈ ਕਰ ਜਾਂਦੇ ਤਾਂ ਪੀਲੂ ਜੀ ਤੁਹਾਡੀ ਹੋਂਦ ਕਿੱਥੋਂ ਹੋਣੀ ਸੀ ਸਾਡੇ ਘਰ ਵਿੱਚ ਰੱਬ ਦੇ ਜੰਮਣ ਮਰਨ ਦੇ ਉੱਤੇ ਇਤਰਾਜ਼ ਨਹੀਂ ਬਲਕਿ ਗੁਰਮਤਿ ਤਾਂ ਇਹ ਮੰਨਦੀ ਹੈ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਸਾਡੇ ਘਰ ਵਿੱਚ ਤਾਂ ਜਿਹਾ ਈ ਲਿਖਿਆ ਤੇ ਇਹ ਕਰਮ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਸਾਡੇ ਘਰ ਵਿੱਚ ਤਾਂ ਅਸੀਂ ਇਸ ਗੱਲ ਨੂੰ ਪ੍ਰਵਾਨ ਕਰਦੇ ਹਾਂ ਅਸੀਂ ਇਸ ਗੱਲ ਨੂੰ ਨਹੀਂ ਕਹਿੰਦੇ ਵੀ ਚੰਗਾ ਹੋਇਆ ਆਉਂਦੀ ਮਰ ਗਏ ਤੇ ਤੁਹਾਡੇ ਬੋਲ ਵੀ ਅਸੀਂ ਅੰਕਤ ਨਹੀਂ ਕਰ ਸਕਦੇ ਪੀਲੂ ਤੋਂ ਬਾਅਦ ਵਿੱਚ ਵਾਰੀ ਆਈ ਛੱਜੂ ਦੀ ਚਲ ਆਪ ਨੂੰ ਪਤਾ ਹੋਵੇਗਾ ਛੱਜੂ ਨੇ ਜਦੋਂ ਇਹ ਗੱਲ ਕਹੀ ਉਨੀ ਵਾਰੀ ਆਇ ਤੇ ਉਹਨੇ ਆਪਣੀ ਪੋਥੀ ਪੜ੍ਹੀ ਛੱਜੂ ਨੇ ਬੋਲ ਪੜ੍ਹ ਕੇ ਸੁਣਾਏ ਕਾਗਜ਼ ਸੰਧੀ ਪੁਤਲੀ ਤਉਨਾ ਤੇਰੀਆਂ ਨਿਹਾਰਾਂ ਇਉਂ ਹੀ ਮਾਰ ਲੈ ਜਾਏਗੀ ਜਿਉਂ ਬਲੋਚਾਂ ਦੀ ਧਾਰਾਂ ਇੱਕ ਕਾਗਜ਼ ਦੀ ਪੁਤਰੀ ਵੀ ਹੋਵੇ ਕਾਗਜ਼ ਦੀ ਤਸਵੀਰ ਵੀ ਹੋਵੇ ਤੂੰ ਉਹਨੂੰ ਵੀ ਆਪਣੀਆਂ ਅੱਖਾਂ ਨਾਲ ਨਾ ਵੇਖੀ ਕਿਉਂਕਿ ਤੇਰਾ ਜੀਵਨ ਉਜਾੜ ਕੇ ਰੱਖ ਦੇਵੇਗੀ ਬਲੋਚਾਂ ਦੀ ਢਾੜ ਜਿਵੇਂ ਲੁੱਟ ਲੈਂਦੀ ਹੈ ਏਵੇਂ ਤੇਰੀ ਜ਼ਿੰਦਗੀ ਦੇ ਸ਼ੁਭ ਗੁਣਾਂ ਨੂੰ ਲੁੱਟ ਕੇ ਰਹਿ ਜਾਏਗੀ ਹਜ਼ੂਰ ਕਹਿਣ ਲੱਗੇ ਮਾਫ ਕਰਨਾ ਮੈਨੂੰ ਲੱਗਦਾ ਵੀ ਤੁਹਾਡੀ ਚਾਰਾਂ ਦੀ ਦੋਸਤੀ ਤਾਂ ਪੱਕੀ ਹੈ ਕਿਉਂਕਿ ਤੁਹਾਡੇ ਬੋਲਾਂ ਦੀ ਸਾਂਝ ਹੀ ਕੋਈ ਨਹੀਂ ਹੈ ਤੁਹਾਡੇ ਬੋਲ ਇੱਕੋ ਜਿਹੇ ਨੇ ਛੱਜੂ ਜੀ ਮੈਨੂੰ ਇਹ ਗੱਲ ਦੱਸੋ ਵੀ ਤੁਸੀਂ ਇਸਤਰੀ ਨੂੰ ਇੱਕੋ ਹੀ ਰੂਪ ਵਿੱਚ ਕਿਉਂ ਵੇਖਦੇ ਹੋ ਇੱਕ ਗੱਲ ਜਦੋਂ ਵੀ ਇਹ ਚੱਲਦੀ ਹੈ ਮੈਂ ਉਦੋਂ ਹੀ ਹੱਥ ਛੁੜ ਕੇ ਆਪਣੀ ਧੀ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਬੇਟੇ ਜਿਹੜੇ ਦੇਹਧਾਰੀਆਂ ਦੇ ਪੈਰ ਤੋਂ ਅੱਜ ਤੋਂ ਤੋਕੇ ਪੀ ਰਹੀਆਂ ਨਾ ਇਹ ਤੂੰ ਬੜੀ ਵੱਡੀ ਭੁੱਲ ਕਰ ਰਹੀ ਹੈ ਬਹੁਤ ਵੱਡੀ ਭੁੱਲ ਕਰ ਰਹੀ ਹੈ ਗੁਰੂ ਨਾਨਕ ਦੇ ਧਰ ਤੋਂ ਬਿਨਾ ਕਦੇ ਆਪਣਾ ਇਤਿਹਾਸ ਪੜ੍ਹ ਕੇ ਦੇਖ ਲੰਮੇ ਸਮੇਂ ਦਾ ਤੈਨੂੰ ਲੋਕਾਂ ਨੇ ਦੇਵੀ ਵੀ ਕਿਹਾ ਪਰ ਤੈਨੂੰ ਪੈਰਾਂ ਦੀ ਜੁੱਤੀ ਬਣਾ ਕੇ ਰੱਖਿਆ ਬਨਮਾਪ ਕਰਿਓ ਮੈਂ ਸ਼ਬਦ ਵਰਤਣ ਲੱਗਾ ਜਿਹੜੇ ਨੇ ਵੀ ਅੱਜ ਤੱਕ ਕਲਮ ਚੁੱਕੀ ਇਸਤਰੀ ਕੋਲ ਦੋ ਖਜ਼ਾਨੇ ਹੁੰਦੇ ਨੇ ਇੱਕ ਕੁੱਖ ਦਾ ਤੇ ਇੱਕ ਮੁਖ ਦਾ ਜਿਨ੍ਹਾਂ ਨੇ ਵੀ ਕਲਮ ਚੁੱਕੀ ਉਹਨਾਂ ਤੇਰੇ ਮੁਖ ਤੇ ਕਲਮ ਚੁੱਕੀ ਹੈ ਪਰ ਇੱਕ ਗੁਰੂ ਨਾਨਕ ਸਾਹਿਬ ਦਾ ਘਰ ਹੈ ਜਿਨੇ ਤੇਰੀ ਕੁੱਖ ਤੇ ਕਲਮ ਚੁੱਕੀ ਹੈ ਉਹਨੇ ਮੁਖ ਤੇ ਕਲਮ ਨਹੀਂ ਚੁੱਕੀ ਉਹਨੇ ਤੇਰੀ ਕੁੱਖ ਨੂੰ ਨਮਸਕਾਰ ਕੀਤੀ ਹੈ ਉਹ ਇਹਦਾ ਮੂੰਹ ਹੀ ਕਿਉਂ ਵੀ ਅਖੀ ਜਾਂਦਾ ਹੈ ਇਹਦੀ ਕੁੱਖ ਨੂੰ ਵੀ ਦੇਖ ਜਿਹਦੀ ਕੁੱਖ ਵਿੱਚੋਂ ਸੋਹ ਕਿਉਂ ਮੰਦਾ ਆਖੀ ਹੈ ਜਿਤ ਜੰਮੈ ਰਾਜਾਣ ਭੰਡ ਜੰਮੀ ਹੈ ਭੰਡ ਨੇ ਵੀ ਹੈ ਭੰਡ ਮੰਗਣ ਵਿਆ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਮੂਹਾਂ ਭੰਡ ਭਾਲੀ ਹੈ ਭੰਡ ਹੋਵੇ ਬੰਧਾਨ ਸੋਹ ਕਿਉਂ ਮੰਦਾ ਆਖੀ ਹੈ ਜਿੱਤ ਜਾ ਮੇਰਾ ਜਾਨ ਔਰ ਇਸ ਸਮਾਜ ਦੇ ਵਿੱਚ ਮਨੁੱਖਤਾ ਮਨੁੱਖ ਪ੍ਰਧਾਨ ਸਮਾਜ ਹੋਣ ਕਰਕੇ ਅੱਜ ਤੱਕ ਵੀ ਅੱਜ ਤੱਕ ਵੀ ਜਦੋਂ ਇਸਤਰੀ ਦੀਆਂ ਗੱਲਾਂ ਹੁੰਦੀਆਂ ਨੇ ਦੱਸ ਹਰ ਵਾਰੀ ਬੇਨਤੀ ਕਰਦਾ ਜਿੰਨੇ ਗਾਇਕ ਆਉਂਦੇ ਨੇ ਉਹ ਕੀ ਦੱਸ ਕੇ ਜਾਂਦੇ ਨੇ ਵੀ ਤੇਰੀ ਧੀ ਦੇ ਬੁੱਲ ਕਿਹੋ ਜਿਹੇ ਨੇ ਤੇਰੀ ਧੀ ਦਾ ਮੁੱਖ ਕਿਹੋ ਜਿਹਾ ਹੈ ਤੇਰੀ ਧੀ ਦਾ ਲੱਕ ਕਿਹੋ ਜਿਹਾ ਹੈ ਤੇਰੀ ਧੀ ਦੀਆਂ ਦਿੱਤਾ ਕਿਹੋ ਜੀਆਂ ਨੇ ਤੇਰੀ ਧੀ ਦੀਆਂ ਬਾਹਾਂ ਕਿਹੋ ਜੀਆਂ ਨੇ ਤੈਨੂੰ ਨਹੀਂ ਦਿਸਦੀਆਂ ਮੈਂ ਤੈਨੂੰ ਦਿਖਾ ਕੇ ਜਾਨਾ ਔਰ ਜਿਹੜਾ ਮੇਰੀ ਧੀ ਦੀਆਂ ਗੱਲਾਂ ਮੇਰੇ ਸਾਹਮਣੇ ਕਹਿ ਕੇ ਜਾਂਦਾ ਮੈਨੂੰ 100-100 ਡਾਲਰ ਦੇ ਕੇ ਅੱਗੇ ਆਉ ਬੈਠਦਾ ਮੈਨੂੰ ਤੇ ਬੜੀ ਬੜੀ ਖਰਾਣ ਹੁੰਨਾ ਗੁਰਦੁਆਰਾ ਸਾਹਿਬ ਵਿੱਚ ਬਾਰ-ਬਾਰ ਬੇਨਤੀ ਕਰਨੀ ਪੈਂਦੀ ਵੀ ਭਾਈ ਅੱਗੇ ਓਕੇ ਬੈਠੋ ਅਸੀਂ ਪਿੱਛੇ ਤੋਂ ਪਿੱਛੇ ਬੈਠਣ ਦੀ ਕੋਸ਼ਿਸ਼ ਕਰਨੇ ਆ ਪਰ ਜਦੋਂ ਕਦੇ ਕੋਈ ਗਾਇਕ ਆਉਂਦਾ ਨਾ ਉਹਦੀ ਪਿਛਲੀ ਕੁਰਸੀ ਦੇ ਪੈਸੇ ਘੱਟ ਹੁੰਦੇ ਨੇ ਅਗਲੀ ਕੁਰਸੀ ਦੇ ਪੈਸੇ ਜ਼ਿਆਦਾ ਹੁੰਦੇ ਨੇ ਤੇ ਅਸੀਂ ਕਈ-ਕਈ ਦਿਨ ਪਹਿਲਾਂ ਫੈਸਲਾ ਕਰ ਲੈਨੇ ਆਂ ਕਈ-ਕਈ ਦਿਨ ਪਹਿਲਾਂ ਆਪਣੀ ਐਡਵਾਂਸ ਬੁਕਿੰਗ ਕਰਵਾ ਦਨੇ ਵੀ ਮੈਨੂੰ ਕੁਰਸੀ ਅੱਗੇ ਵਾਲੀ ਮਿਲੇ ਮੈਨੂੰ ਕਿਤੇ ਪਿੱਛੇ ਵਾਲੀ ਨਾ ਮਿਲੇ ਕਿਤੇ ਰਹਿ ਨਾ ਜਾਵੇ ਉਹ ਜਿਹੜਾ ਸ਼ਬਦ ਬੋਲੇ ਕੋਈ ਮੇਰੇ ਕੰਨਾਂ ਤੱਕ ਨਾ ਪਹੁੰਚੇ ਕਿਉਂਕਿ ਮੇਰੀ ਧੀ ਦੀਆਂ ਤਾਂ ਉਹਨੇ ਗੱਲਾਂ ਕਰਨੀਆਂ ਨੇ ਸੱਚ ਕਰਕੇ ਜਾਣਿਓ ਅਸੀਂ ਅਸਲੀਅਤ ਤੋਂ ਬੜੇ ਵਿਛੜੇ ਹੋਏ ਆਂ ਮੈਂ ਜਿਹੜੀ ਬੇਨਤੀ ਕਰਨ ਗਾਸੋਂ ਦੇ ਬਲ ਫਿਰ ਖਿਆਲ ਕਰਿਓ ਗੁਰਦੇਵ ਸਤੇ ਪਾਠਾ ਕਹਿਣ ਲੱਗੇ ਵੀ ਸਾਡੇ ਕੋਲ ਤੇ ਅੰਮ੍ਰਿਤ ਮਈ ਬਾਣੀ ਵਿੱਚ ਬਲਵੰਡ ਖੀਬੀ ਨੇਕ ਜਨ ਜਿਸ ਬਹੁਤੀ ਸ਼ੌਂਪਤ ਰਾਦੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕੇ ਹਾਲੀ ਗੁਰਸਿੱਖਾਂ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ ਕਹਿਣ ਲਗੇ ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ ਮਾਤਾ ਖੀਵੀ ਸ਼ੌ ਸੋਏ ਜਨ ਗੋਏ ਉਠਾਲੀ ਮਾਤਾ ਖੀਵੀ ਦਾ ਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਆਇਆ ਹੋਇਆ ਤੂੰ ਕਹਿੰਦਾ ਵੀ ਇਸਤਰੀ ਦੀ ਤਸਵੀਰ ਬਿਨਾਂ ਵੇਖੀ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਵਿੱਚ ਉਸ ਮਾਤਾ ਖੀਵੀ ਦਾ ਨਾਂ ਲਿਖ ਕੇ ਸਮੁੱਚਾ ਸਿੱਖ ਜਗਤ ਇਸਤਰੀ ਨੂੰ ਮੱਥਾ ਟੇਕੇਗਾ ਅਸੀਂ ਤੇ ਡਾਊਟ ਚਾਰ ਉੱਥੇ ਬਾ ਦੇਣਾ ਚਾਹੁੰਦੇ ਆ ਤੂੰ ਕਹਿੰਦੇ ਇਸਤਰੀ ਦਾ ਮੂੰਹ ਬਿਨਾਂ ਵੇਖੀ ਅਖੀ ਤੇ ਉਹਨਾਂ ਦੀ ਬਾਣੀ ਅੰਕਿਤ ਕਰਨ ਲੱਗੇ ਜਿਹੜੇ ਕਹਿੰਦੇ ਨੇ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੇ ਮੰਗੀ ਅਸੀਂ ਤੇ ਉਹਨਾਂ ਦੀ ਬਾਣੀ ਅੰਕਿਤ ਕਰਨ ਲੱਗੇ ਆ ਤੇ ਉਸ ਵੇਲੇ ਛੱਜੂ ਦੀ ਗੱਲ ਵੀ ਵਿੱਚੇ ਰਹਿ ਗਈ ਇੱਕ ਗੱਲ ਖਿਆਲ ਕਰਿਓ ਮੈਂ ਨਾਲ ਦੀ ਨਾਲ ਦੱਸ ਦਿਆਂ ਮੈਂ ਸਮੇਂ ਨੂੰ ਬਚਾਉਣਾ ਹੈ ਜੇ ਕਈ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਯਾਦ ਰੱਖਿਓ ਜੇ ਇਹ ਛੱਜੂ ਇਸ ਗੱਲ ਤੋਂ ਭਟਕਣਾ ਵਿੱਚ ਪਿਆ ਹੋਇਆ ਇੱਕ ਵਾਰੀ ਇੱਕ ਰਸਤੇ ਦੇ ਉੱਤੇ ਲੰਮਾ ਰਸਤਾ ਹੈ ਉਹ ਰਸਤੇ ਦੇ ਉੱਤੇ ਇਧਰ ਛੱਜੇ ਖੱਬੇ ਛੱਜੇ ਖੱਬੇ ਜਾ ਰਿਹਾ ਸੀ ਲੰਮੇ ਰਸਤੇ ਨੂੰ ਨੀਚੇ ਤੁਰ ਰਿਹਾ ਇੱਕ ਕੱਚੇ ਰਸਤੇ ਵਿੱਚ ਛੱਜੇ ਖੱਬੇ ਛੱਜੇ ਖੱਬੇ ਜਾ ਰਿਹਾ ਸੀ ਸੋਚਦਾ ਕੁਝ ਤੇ ਰਸਤੇ ਕੱਚੇ ਹੁੰਦੇ ਸਨ ਇੱਕ ਝਾੜੂ ਦੇਣ ਵਾਲੀ ਬੀਬੀ ਆ ਗਈ ਤੇ ਉਹਨੇ ਦੂਰੋਂ ਆਵਾਜ਼ ਮਾਰ ਕੇ ਕਿਹਾ ਕਹਿਣ ਲੱਗੀ ਓ ਛੱਜੂ ਉਹ ਸੋਚ ਰਿਹਾ ਸੀ ਵੀ ਗ੍ਰਿਸ਼ਟੀ ਬਣਾ ਨਾ ਬਣਾ ਗ੍ਰਿਸ਼ਟੀ ਬਣਾ ਨਾ ਬਣਾ ਐਵੇਂ ਸੋਚਦਾ ਛੱਜੇ ਖੱਬੇ ਰਸਤੇ ਜਾ ਰਿਹਾ ਹੈ ਇਹ ਜਦੋਂ ਇਹਵੇਂ ਜਾ ਰਿਹਾ ਸੀ ਸੋਚਦਾ ਦੂਰੋਂ ਇੱਕ ਬੀਬੀ ਨੇ ਆਵਾਜ਼ ਮਾਰੀ ਉਹ ਝਾੜੂ ਦਿੰਦੀ ਆ ਰਹੀ ਸੀ ਕੱਚਾ ਰਸਤਾ ਸੀ ਉਹਨੇ ਆਵਾਜ਼ ਮਾਰੀ ਕਹਿਣ ਲੱਗੀ ਉਹ ਝੱਜੂ ਇੱਕ ਪਾਸੇ ਲੱਗ ਗਿਆ ਕਿਉਂ ਸਿਰ 'ਚ ਖੇਪ ਪੁਆਈ ਜਾਣਾ ਹੈ ਉੱਥੇ ਹੀ ਕਦਮ ਰੁੱਕ ਗਏ ਕਹਿਣ ਲੱਗਿਆ ਸੱਚ ਕਹਿਨੀ ਐ ਬੀਬਾ ਮੈਂ ਅੱਜ ਤੱਕ ਸਿਰ 'ਚ ਸਵਾਈ ਪੁਆ ਰਿਹਾ ਸਾਂ ਸਿਰਚ ਰਾਖੀ ਪੁਆਰਿਆ ਥਾ ਹੁਣ ਮੈਂ ਇੱਕ ਪਾਸੇ ਲੱਗ ਗਿਆ ਕੋਈ ਛੱਜੂ ਨੇ ਗ੍ਰਸਤੀ ਬਸਾਈ ਤੇ ਉਸੇ ਛੱਜੂ ਦੇ ਬਾਰੇ ਵਿੱਚ ਇਹ ਗੱਲ ਮਸ਼ਹੂਰ ਹੋ ਗਈ ਅੱਜ ਤੱਕ ਦੁਨੀਆ ਕਹਿੰਦੀ ਜੋ ਸੁਖ ਛੱਜੂ ਦੇ ਚਾਰੇ ਉਹ ਬਲਖ ਦਾ ਬੁਖਾਰੇ ਏਹੀ ਛੱਜੂ ਹੈ ਚੌਥੀ ਵਾਰੀ ਆਈ ਸ਼ਾਹ ਹੁਸੈਨ ਦੀ ਸ਼ਾਹ ਹੁਸੈਨ ਵੀ ਆਪਣੀ ਪੁੱਤੀ ਕੋਲ ਕੇ ਬੈਠਾ ਹੋਇਆ ਜਦੋਂ ਸ਼ਾਹ ਹੁਸੈਨ ਦੀ ਵਾਰੀ ਆਈ ਤੇ ਉਹਨੇ ਇੱਕ ਗੱਲ ਕਹੀ ਵੀ ਆਪਣੇ ਵੱਲੋਂ ਸ਼ਬਦ ਸੁਣਾਏ ਉਹਨੇ ਸੋਚਿਆ ਵੀ ਕਾਨੇ ਨੇ ਵੀ ਕੰਮ ਬਗੜ ਲਿਆ ਪਿੱਲੂ ਨੇ ਵੀ ਕੰਮ ਬਗੜ ਲਿਆ ਤੇ ਇਸ ਛੱਜੂ ਨੇ ਵੀ ਕੰਮ ਬਗੜ ਲਿਆ ਸ਼ਾਇਦ ਮੈਨੂੰ ਨੰਬਰ ਲੱਗ ਜਾਏ ਮੇਰਾ ਇਹ ਮੈਂ ਬਹੁਤੇ ਪਵਾੜੇ ਵਾਲੀ ਕੋਈ ਗੱਲ ਨਾ ਕਰਾਂ ਉਹਨੇ ਆਪਣੀ ਪੋਥੀ ਦੇ ਉਹ ਪੰਨੇ ਖੋਲ ਲਏ ਜਿਨ੍ਹਾਂ ਪੰਨਿਆਂ ਦੇ ਉੱਤੇ ਆਗਾ ਲਿਖੀ ਹੋਈ ਸੀ ਚੁੱਪ ਬਿਅੜਿਆ ਚੁੱਪ ਬਿਅੜਿਆ ਬੋਲਣ ਦੀ ਜਾਂ ਨਹੀਂ ਬੋਲਣ ਦੀ ਜਾਂ ਨਹੀਂ ਅੰਦਰ ਬਾਹਰ ਇੱਕੋ ਸਾਈਂ ਕਿਸ ਵੇ ਆਖ ਸੁਣਾਇਂ ਤੂੰ ਬੋਲੀ ਨਾ ਕੁਝ ਵੀ ਆਪਣੇ ਵੱਲ ਚੁੱਪ ਹੀ ਕਰਕੇ ਰਹਿ ਜਦੋਂ ਇਹ ਗੱਲ ਕਹੀ ਹਜ਼ੂਰ ਕਹਿਣ ਲੱਗੇ ਬਈ ਸ਼ਾਹ हुसैन ਜੀ ਤੁਹਾਡੇ ਬੋਲਣ ਨਾਲ ਵੀ ਸਾਡੀ ਸਹਿਮਤੀ ਪ੍ਰਗਟ ਨਹੀਂ ਹੋਈ ਕਹਿਣ ਲੱਗੇ ਕਿਉਂ ਮੈਂ ਤੇ ਕਹਿੰਦਾ ਚੁੱਪ ਹੀ ਕਰੋ ਕੋਈ ਪਹਾੜੇ ਦੀ ਗੱਲ ਹੀ ਕੋਈ ਨਹੀਂ ਕਰਨੀ ਸ਼ਾਹਬ ਕਹਿਣ ਲੱਗੇ ਸਾਡੇ ਘਰ ਵਿੱਚ ਇਹ ਵੀ ਨਹੀਂ ਨਾ ਸਾਡੇ ਘਰ ਚ ਬੋਲਣ ਦੇ ਤਿੰਨ ਤਰੀਕੇ ਨੇ ਕਿਹੜੇ-ਕਿਹੜੇ ਪਹਿਲੀ ਗੱਲ ਸਾਡੇ ਘਰ ਵਿੱਚ ਚੁੱਪ ਰਹਿਣਾ ਵੀ ਮਨਾ ਹੈ ਚੁੱਪੇ ਚੁੱਪਣਾ ਹੋਵੇ ਜੇ ਸੋਚੀ ਲੱਖ ਵਾਰ ਜੇ ਮੈਂ ਚੁੱਪ ਕਰਕੇ ਆਪਣੀ ਜ਼ਿੰਦਗੀ ਗੁਜ਼ਾਰਾਂ ਸੋਚਾਂ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੇ ਚੁੱਪਣਾ ਹੋਵੇ ਜੇ ਲਾਇ ਰਹਾ ਨਿਬਤਾਰਾ ਇਹ ਵੀ ਗੱਲ ਪਰਮਾਨੀ ਹੋ ਸਕਦੀ ਦੂਜੀ ਗੱਲ ਇਹ ਸਾਡੇ ਘਰ ਵਿੱਚ ਚੁੱਪ ਵੀ ਨਹੀਂ ਰਹਿਣਾ ਪਰ ਸਾਡੇ ਕਰ ਵਿੱਚ ਬਹੁਤਾ ਵੀ ਨਹੀਂ ਬੋਲਣਾ ਬਹੁਤਾ ਬੋਲਣ ਛਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਬਹੁਤਾ ਵੀ ਨਹੀਂ ਬੋਲਣਾ ਫਿਰ ਕਰਨਾ ਕੀ ਹੈ ਬੋਲ ਸੋ ਧਰਮੀ ਅੜਿਆ ਮੋਨ ਕਤ ਧਾਰੀ RAM ਉਹ ਧਰਮੀ ਪੁਰਖਾ ਬੋਲ ਇਹੋ ਜਿਹਾ ਬੋਲ ਬਾਬਾ ਬੋਲਿਆ ਪਤ ਹੋਏ ਉਤਮ ਸੇਦਰ ਉਤਮ ਕਈਆ ਨੀਚ ਕਰਮ ਬੈ ਰੋਏ ਗੁਰੂ ਕੋਲ ਪੁੱਛ ਮੋਹੋਂ ਕੇ ਬੋਲਣ ਬੋਦੀ ਹੈ ਜਿਤ ਸੁਣ ਤਰੇ ਪਿਆਰਾ ਬੋਲਣਾ ਸਿੱਖ ਵੀ ਕਿਵੇਂ ਬੋਲਣਾ ਹੈ ਇਹ ਤੈਨੂੰ ਪਤਾ ਲੱਗ ਜਾਏਗਾ ਜਦੋਂ ਚਾਰਾਂ ਦੀ ਬਾਣੀ ਨਕਾਰ ਦਿੱਤੀ ਹਜ਼ੂਰ ਨੇ ਤੇ ਚਾਰਾਂ ਦੀ ਬਾਣੀ ਨਾ ਅੰਕਿਤ ਕੀਤੀ ਉਹ ਚਾਰੇ ਜਣੇ ਚਲੇ ਗਏ ਸਪਸ਼ਟ ਕਰ ਦਿੱਤਾ ਹਜ਼ੂਰ ਨੇ ਭਈ ਇਹ ਅੰਮ੍ਰਿਤ ਰੱਬ ਦੀ ਪਵਿੱਤਰ ਬਾਣੀ ਹੈ ਤੇ ਇਹਦੇ ਵਿੱਚ ਉਹ ਹੀ ਅੰਕਿਤ ਹੋ ਸਕਦੇ ਨੇ